ਬਠਿੰਡਾ ਸ਼ਹਿਰ ਦੇ ਤਾਨੀਆ ਸਵੀਟ ਹੋਟਲ ਵਿਖੇ ਇੱਕ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾਕਟਰ ਗੁਰਪਾਲ ਸਿੰਘ ਦੀ ਡਿਪਾਰਟਮੈਂਟ ਆਫ ਲੈਮਜ਼ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਨੇ ਕੀਤੀ, ਜਿਸ ਵਿੱਚ ਇਲਾਕੇ ਦੇ ਪ੍ਰਸਿੱਧ ਕਵੀਆਂ ਨੇ ਭਾਗ ਲਿਆ। ਇਸ ਮੌਕੇ ਪ੍ਰਵਾਸੀ ਕਵੀ ਪਵਿੱਤਰ ਸਿੰਘ ਧਾਲੀਵਾਲ ਦੀ ਕਿਤਾਬ ਸਮੇਂ ਦਾ ਰਾਗ ਦਾ ਵੀ ਲੋਕ ਅਰਪਣ ਸਮਾਰੋਹ ਕੀਤਾ ਗਿਆ। ਰਿਲੀਜ਼ ਕੀਤੀ ਸਮੇਂ ਦਾ ਰਾਗ ਕਿਤਾਬ ਦੇ ਡਾਕਟਰ ਨਿਰਮਲ ਸਿੰਘ ਬਾਸੀ, ਤਜਿੰਦਰ ਸਿੰਘ ਬਾਜ, ਡਾਕਟਰ ਪਰਮਜੀਤ ਸਿੰਘ ਨੇ ਪਰਚੇ ਪੜ੍ਹੇ। ਇਸ ਮੌਕੇ ਪਹੁੰਚੇ ਕਵੀਆਂ ਨੇ ਇਸ ਕਿਤਾਬ ਦੀ ਖੂਬ ਪ੍ਰਸ਼ੰਸਾ ਕੀਤੀ। ਅੱਜ ਪ੍ਰਵਾਸੀ ਕਵੀ ਪਵਿੱਤਰ ਧਾਲੀਵਾਲ ਦੀ ਕਿਤਾਬ, ਕਵਿਤਾ ਦੀ ਕਿਤਾਬ ਸਮੇਂ ਦਾ ਰਾਗ ਦਾ ਅਸੀਂ ਲੋਕ ਅਰਪਣ ਸਮਾਰੋਹ ਕਰ ਰਹੇ ਹਾਂ। ਇਹਦੇ ਵਿੱਚ ਅਸੀਂ ਪਰਚੇ ਪੜ੍ਹਨੇ ਆ, ਜਿਹਦੇ ਵਿੱਚ ਨਿਰਮਲ ਸਿੰਘ ਬਾਸੀ, ਪ੍ਰੋਫੈਸਰ ਪਰਮਜੀਤ ਸਿੰਘ ਅਤੇ ਤਜਿੰਦਰ ਸਿੰਘ ਬਾਜ, ਉਹਨਾਂ ਨੇ ਪਰਚੇ ਪੜ੍ਹਨੇ ਆ, ਜਿਹੜੇ ਉਸ ਕਵੀ ਦੀ ਕਵਿਤਾਵਾਂ ਬਾਰੇ ਉਹਦੇ ਚੰਗੇ ਪੱਖ ਜਾਂ ਮਾੜੇ ਪੱਖ ਸਾਰੇ ਦੱਸਣਗੇ। ਅਤੇ ਇਹਦੀ ਪ੍ਰਧਾਨਗੀ ਸਮਾਗਮ ਦੀ ਸਰਦਾਰ ਗੁਰਪਾਲ ਸਿੰਘ ਸੰਧੂ ਪ੍ਰੋਫੈਸਰ ਕਰ ਰਹੇ ਨੇ, ਅਤੇ ਜਿਹੜੇ ਇਵਨਿੰਗ ਸਟੱਡੀ ਡਿਪਾਰਟਮੈਂਟ ਆਫ ਇਵਨਿੰਗ ਸਟੱਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਚੇਅਰਮੈਨ ਨੇ ਅਤੇ ਡੀਨ ਫਕਲਟੀ ਲੈਂਗੁਏਜ ਦੇ ਡੀਨ ਨੇ, ਅਤੇ ਉਹ ਇੱਥੇ ਆ ਰਹੇ ਨੇ ਥੋੜ੍ਹੀ ਦੇਰ 'ਚ, ਉਹ ਵੀ ਆਪਣੇ ਵਿਚਾਰ ਰੱਖਣਗੇ। ਅਤੇ ਘੱਟੋ ਘੱਟ 50-60 ਬੰਦੇ ਅਸੀਂ ਇੱਥੇ ਇਕੱਠੇ ਹੋਵਾਂਗੇ, ਅਤੇ ਸਾਰੇ ਸੱਜਣ ਮਿੱਤਰ ਇਕੱਠੇ ਹੋ ਕੇ ਅਤੇ ਅਸੀਂ ਵਿਚਾਰ ਚਰਚਾ ਕਰਾਂਗੇ, ਅਤੇ ਅੱਗੇ ਨੂੰ ਉਤਸ਼ਾਹਿਤ ਕਰਾਂਗੇ ਕਿ ਹੋਰ ਵੀ ਬੰਦੇ ਜਿਹੜੇ ਅੱਗੇ ਨੂੰ, ਜਿਹੜੇ ਸਾਡੇ ਪ੍ਰਵਾਸੀ ਲੇਖਕ ਬਾਹਰ ਬੈਠੇ ਨੇ, ਬੰਦੇ ਬਾਹਰ ਬੈਠੇ ਨੇ, ਉਹ ਪੰਜਾਬ ਦੀਆਂ ਸਮੱਸਿਆਵਾਂ ਜਾਂ ਸਮਾਜ ਦੀਆਂ ਸਮੱਸਿਆਵਾਂ ਬਾਰੇ ਵੱਧ ਤੋਂ ਵੱਧ ਲਿਖਣ, ਅਤੇ ਅਸੀਂ ਉਹਨਾਂ ਬਾਰੇ ਉਹਨਾਂ ਨੂੰ ਹਾਂ ਪੱਖੀ ਹੁੰਗਾਰਾ ਚਾਹੁੰਦੇ ਹਾਂ, ਦੇਣਾ ਚਾਹੁੰਦੇ ਹਾਂ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਹਾਂ ਪੱਖੀ ਹੁੰਗਾਰਾ ਮਿਲੇ ਅਤੇ ਅੱਗੇ ਨੂੰ ਵੀ ਉਹ ਹੋਰ ਵੱਧ ਤੋਂ ਵੱਧ ਸਹਿਰ ਸਿਰਜਣਾ ਕਰ ਸਕਣ। ਬਰਿੰਡਾ ਤੋਂ ਪੰਜਾਬੀ ਸਰਗਰਮੀਆਂ ਲਈ ਮਨਜੀਤ ਸਿੰਘ ਸੋਹੀ ਦੀ ਰਿਪੋਰਟ।